ਬਾਜ਼ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਇਹਨੇ ਕਿਉਂ ਗਿਆ ਆਵੇ ਐਵੇਂ, ਹਾਲਾਂਕਿ ਉਹ ਫਰਮਿੰਦੇ ਪਹਿਨ ਕੇ ਐਵੇਂ ਹੁੰਦਾ ਨਹੀਂ, ਵਿੱਚ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ। ਤਾਂ ਬੜੇ ਬਰੀਕ ਬੀਨ ਲੋਕ ਬੈਠੇ ਹੋ, ਜ਼ਰਾ ਮਜ਼ਾ ਚਵਾਏ। ਲਫ਼ਜ਼ ਐਵੇਂ ਦਾ ਇਸਤੇਮਾਲ ਪੰਜਾਬੀ ਕਸੀਦੇ 'ਚ ਮੈਂ ਪੇਸ਼ ਕਰ ਰਿਹਾ। ਅੱਜ ਕੱਲ੍ਹ ਦੇ ਖਾਕੀ ਬੰਦੇ, ਅੱਜ ਕੱਲ੍ਹ ਦੇ ਲੰਗਰ ਵਾਲੇ ਵਾਲਿਓ, ਕੁਛ ਚਿਹਰਾ ਤੇ ਹੈਰਾਨੀ, ਕਿਨਾਂ ਤੇ ਮੁਸਕੁਰਾਟ, ਸਾਰਿਆਂ ਨੂੰ ਸਯਦ ਦਾਵਤ ਦੇ ਕੇ ਪਿਆ ਦੇ। ਅੱਜ ਕੱਲ ਦੇ ਖਾਕੀ ਬੰਦੇ ਸਯਦਾਂ ਦੀ ਅਜ਼ਮਤ ਤੇ ਐਵੇਂ ਹੈਰਾਨ ਲੱਗਦੇ ਨੇ। ਸ਼ੁਕਰ ਐਵੇਂ। ਹੁਣ ਮਿਸਰ ਸਾਨੀ ਚ ਇੱਕ ਹੋਰ ਲਫ਼ਜ਼ ਛੋਟਾ ਜਿਹਾ ਆਉਣਾ, ਜ਼ਰਾ ਉਦੋਂ ਲੁਤਫ ਚਵਾਏ। ਅੱਜ ਕੱਲ ਤੇ ਖਾਕੀ ਬੰਦੇ ਸਯਦਾਂ ਦੀ ਅਜ਼ਮਤ ਤੇ ਐਵੇਂ ਹੈਰਾਨ ਲੱਗਦੇ ਨੇ, ਐਵੇਂ ਹੈਰਾਨ ਲੱਗਦੇ ਨੇ। ਮੇਰੇ ਕੋਲੋਂ ਕੋਈ ਪੁੱਛੇ ਇਹਨਾਂ ਦੀਆਂ ਜੁੱਤੀਆਂ ਅੱਗੇ ਨੀਵੇਂ ਅਸਮਾਨ ਲੱਗਦੇ ਨੇ। ਬਹੁ ਜੀ ਸਦਾ ਸੁਖੀ ਰਹੋ। ਚੂੰਕਿ ਜਨਾਬ ਸਜਾਦ ਦਾ ਵੀ ਇਹ ਮਹੀਨਾ ਆਈ ਜਿਹੜਾ ਹੁਣ ਮੁੱਕਣ ਵਾਲਾ, ਤਾਂ ਮੇਰੇ ਨਾਜ਼ਿਮ ਮੈਂਬਰ ਸਾਹਿਬ ਨੇ ਵੀ ਉੱਠੀਂਦਿਆਂ ਇਮਾਮ ਜ਼ੈਨੁਲ ਆਬਿਦੀਨ ਦਾ ਇੱਕ ਕਲਾਮ ਪੜ੍ਹਿਆ। ਤਾਂ ਚਲੋ ਮੌਸਮ ਦੀ ਚੀਜ਼ ਹੈ, ਆਖੋ ਤਾਂ ਚੌਥੇ ਇਮਾਮ ਦਾ ਸ਼ੇਰ ਪੜ੍ਹਾਂ। ਇਸ ਇਲਾਕੇ ਵਾਲਿਓ, ਹਜ ਦਾ ਮੌਕਾ ਕਿਤਾਬੀ ਵਾਕਿਆ ਹੈ, ਅਥੈਂਟਿਕ ਵਾਕਿਆ ਹੈ ਕਿ ਹਜ ਦਾ ਮੌਕਾ ਹੈ। ਇਹਨੂੰ ਪਤਾ ਕਰੋ ਕਿ ਕਰੋ ਇਹਨੂੰ। ਅੱਛਾ, ਇੱਕ ਸਲਵਾਤ ਪੜੋ ਸਾਰੇ। ਮੌਕਾ ਮੇਰਾ ਬੱਚਾ ਤਾੜਾ ਕਰੋ ਨਾ, ਜ਼ਾਕਿਰ ਦੇ ਦਰਮਿਆਨ ਇੱਕ ਜ਼ਾਕਿਰ ਮੁੱਕੇ ਤੇ ਉਹਦੇ ਹਰ ਚੀਜ਼ ਦੀ ਟਾਈਮਿੰਗ ਡਿਟੀ ਕਰੋ, ਜਲਦੀ ਮੁਕਾਓ ਭਾਈ। ਇੱਕ ਸਲਵਾਤ ਪੜ੍ਹ ਲਓ। ਐਵੇਂ ਜਿਹੜੇ ਬੰਦੇ ਨੂੰ ਟਾਈਮਿੰਗ ਦਾ ਨਹੀਂ ਪਤਾ ਉਹ ਐਵੇਂ ਹੀ ਹੁੰਦੇ, ਹਰ ਚੀਜ਼ ਦੀ ਇੱਕ ਟਾਈਮਿੰਗ ਹੁੰਦੀ ਹੈ ਕਿ ਕਿਹੜਾ ਕੰਮ ਕਿਸ ਰੰਗ 'ਚ ਕਰਨਾ ਔਰ ਕਿਹੜੇ ਟਾਈਮ ਕਰਨਾ ਹੈ। ਚੌਥਾ ਇਮਾਮ ਹੈ, ਹਜ ਦਾ ਮੌਕਾ ਹੈ, ਕਾਬੇ ਦਾ ਤਵਾਫ ਪਿਕ ਰਹਿੰਦੇ ਨੇ। ਬਲਕਿ ਮੈਂ ਫਾਰਜ ਮਜਮੇ 'ਚ ਮਜ਼ੀਦ ਸੋਹਣਾ ਕਰਕੇ ਆਖਾਂ ਚਾਹ ਕਿ ਹਜ ਦਾ ਮੌਕਾ ਹੈ, ਕਿਬਲਾ ਕਾਬੇ ਦਾ ਤਵਾਫ ਪਿਆ ਕਰੇ। ਇੱਕ ਸਾਹਬੀ ਦੇ ਮੂੰਹ ਚੋਂ ਇੱਕ ਜੁਮਲਾ ਨਿਕਲਿਆ ਹੈ, ਮੌਲਾ ਬੜੇ ਹਾਜ਼ੀ ਹਨ। ਇਮਾਮ ਚੁੱਪ, ਇਸ ਵਾਤ ਆਖੇ ਬੜੇ ਰਸ਼ ਹੈ, ਇਮਾਮ ਖਾਮੋਸ਼। ਜਰਾ ਤੀਜੀ ਦਫਾ ਕਸ ਮੌਲਾ, ਜ਼ਰਾ ਹਾਜੀ ਵੇਖੋ ਤਾਂ ਸਹੀ। ਇਮਾਮਾ ਦਿਨ ਮੈਂ ਤਾਂ ਵੇਖਦਾ ਪਿਆ, ਤੂੰ ਜ਼ਰਾ ਉਰੇ ਆਵੇ ਨਾ, ਇਹ ਕਰੀ ਬਹਿ, ਅੱਖੀ ਤੋਂ ਹੱਥ ਫੇਰ ਕੇ ਆ ਦਿਨ, ਜ਼ਰਾ ਹੁਣ ਵੇਖੇ ਨਾ। ਆਨੇ ਅੜੀਗ ਹੈ ਅਤੇ ਮੌਲਾ ਹੁਣੇ ਤਾਂ ਸਾਰੇ ਹਾਜੀ ਤੇ ਹੁਣ ਉਹ ਕੋਈ ਉਹ ਕੋਈ ਉਹ ਜਿਹਨਾਂ ਦਾ ਕਿਤਾਬ ਨਾਲ ਵਾਸਤਾ ਹੈ। ਮੌਲਾ ਮੇਰਾ ਜਿਗਰ ਫਟ ਵੈ ਸੀ, ਜ਼ਰਾ ਰਾਸ ਤੋਂ ਪੜ੍ਹਦਾ ਚਾਹੋ, ਇਹ ਬਣਿਆ ਕਿਆ ਏ ਤੇਰੇ ਤੇ ਮੇਰੇ ਚੌਥੇ ਇਮਾਮ, ਜਵਾਬ ਕਿਹੜਾ ਦਿੱਤਾ ਏ।